ਮਿੱਤਰ ਪਿਆਰਿਓ, ਤੁਹਾਡੇ ਲਈ ਇੱਕ ਗਜ਼ਲ ਦੇ ਕੁਝ ਸ਼ੇਰ ਹਾਜ਼ਰ ਨੇ ਕਿ ਧਰਮਦਾਸ ਜੀ, ਧਰਮਨਾਲ ਜੀ, ਦੱਸਿਓ ਗੱਲਾਂ ਇਹ ਕਿਉਂ ਤੁਰੀਆਂ, ਬਚ ਕੇ ਰਹਿਣਾ ਉਹਨਾਂ ਤੋਂ ਜਿਸ ਮੂੰਹ ਵਿੱਚ ਰਾਮ ਬਗਲ ਵਿੱਚ ਛੁਰੀਆਂ। ਬੁਰਕੇ ਵਾਲੀ ਚੁੰਨੀ ਵਾਲੀ ਨੂੰ ਕੁਝ ਏਦਾਂ ਆਖ ਰਹੀ ਸੀ, ਕਾਹਦਾ ਧਰਮ ਜੋ ਬਚੜੇ ਖਾਵੇ, ਇੰਨਾ ਕਹਿ ਕੇ ਦੋਵੇਂ ਚੁਰੀਆਂ। ਚੋਰ ਤੇ ਕੁੱਤੀ ਰਲ ਗਏ ਦੋਵੇਂ, ਘਰ ਕੁੱਲੇ ਦੀ ਖੈਰ ਨਹੀਂ ਹੈ, ਸੋ ਚੰਗੀ ਨਾ ਆਵੇ ਕਿਤਿਓਂ, ਚੜ ਚੜ ਆਉਣ ਖਬਰਾਂ ਬੁਰੀਆਂ, ਧਰਮ ਕਰਮ ਖੰਭ ਲਾ ਕੇ ਉੱਡਿਆ, ਕਿੱਥੇ ਜਾ ਫਰਿਆਦ ਕਰਾਂ ਮੈਂ, ਅਦਲ ਕਚਹਿਰੀ ਮੁਨਸਿਫ ਕਾਜ਼ੀ, ਆਸ ਉਮੀਦਾਂ ਕੰਧਾਂ ਭੁਰੀਆਂ, ਸਾਜ਼ਾਂ ਨਾਲ ਆਵਾਜ਼ ਨਾ ਮਿਲਦੀ, ਅੱਜ ਵਿਰਾਗ ਦਰਬਾਰੀ ਸੁਣੀਏ, ਧੜਕਣ ਤੇਜ਼ ਧੜਕਦੀ ਹੋਈਆਂ, ਨਜ਼ਰਾਂ ਵੀ ਸੁਰ ਤੋਂ ਬੇਸੁਰੀਆਂ। ਸਾਂਝੀ ਕੰਧ ਸੀ ਬਾਬੇ ਵੇਲੇ, ਧਰਮਸਾਲ ਦੇ ਨਾਲ ਸੀ ਤਕੀਆ, ਬੇਵਿਸ਼ਵਾਸੀ ਦਾ ਹੜ੍ਹ ਚੜਿਆ, ਵਿਸ਼ਵਾਸਾਂ ਦੀਆਂ ਨੀਹਾਂ ਖੁਰੀਆਂ। ਲੋਕਾਂ ਦੇ ਵਿੱਚ ਵੰਡੀਆਂ ਪਾਓ, ਜੋ ਮਨ ਚਾਹੋ ਹੁਕਮ ਚਲਾਓ, ਰੂਹ ਨੂੰ ਕਾਂਬਾ ਲਾ ਕੇ ਲੁੱਟਣਾ, ਇਹ ਗੱਲਾਂ ਦੱਸ ਕਿੱਥੋਂ ਫੁਰੀਆਂ। ਧਰਮਦਾਸ ਜੀ, ਧਰਮਨਾਲ ਜੀ, ਦੱਸਿਓ ਗੱਲਾਂ ਇਹ ਕਿਉਂ ਤੁਰੀਆਂ, ਬਚ ਕੇ ਰਹਿਣਾ ਉਹਨਾਂ ਕੋਲੋਂ, ਮੂੰਹ ਵਿੱਚ ਰਾਮ ਬਗਲ ਵਿੱਚ ਛੁਰੀਆਂ। ਬੁਰਕੇ ਵਾਲੀ ਚੁੰਨੀ ਵਾਲੀ ਨੂੰ ਕੁਝ ਏਦਾਂ ਆਖ ਰਹੀ ਸੀ, ਕਾਲਾ ਧਰਮ ਜੋ ਬਚੜੇ ਖਾਵੇ, ਇੰਨਾ ਕਹਿ ਕੇ ਦੋਵੇਂ ਚੁਰੀਆਂ। ਲੋਕਾਂ ਦੇ ਵਿੱਚ ਵੰਡੀਆਂ ਪਾਓ, ਜੋ ਮਨ ਚਾਹੋ ਹੁਕਮ ਚਲਾਓ, ਰੂਹ ਨੂੰ ਕਾਂਬਾ ਲਾ ਕੇ ਲੁੱਟਣਾ, ਇਹ ਗੱਲਾਂ ਦੱਸ ਕਿੱਥੋਂ ਫੁਰੀਆਂ। ਧੰਨਵਾਦ ਤੁਹਾਡਾ, ਆਪਣਾ ਗੁਰਭਜਨ ਗਿੱਲ।